ਮੈਂ ਨਵਜੋਤ ਸਿੰਘ ਸਿੱਧੂ ਸਾਹਿਬ ਨਾਲ ਕੋਈ ਮੁਲਾਕਾਤ ਕਰਨੀ ਆਇਆ ਰੋਹਿਤ ਬਾਂਸਲ ਮੇਰੇ ਨਾਲ ਜੁੜ ਰਹੇ ਹੋਏ ਨੇ ਤਾਂ ਰੋਹਿਤ ਜਿਸ ਤਰੀਕੇ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੇ ਸ਼ਾਇਰਾਨਾ ਅੰਦਾਜ਼ ਜੋ ਕੀਤਾ ਗਿਆ ਟਵੀਟ ਉਸ ਤੇ ਸਵਾਲ ਖੜੇ ਕੀਤੇ ਨੇ ਕੀ ਕੁਛ ਜਾਣਕਾਰੀ ਹੈ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਸ਼ਾਇਰੀ ਕਰਦੇ ਨਜ਼ਰ ਆਏ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਗੱਲਾਂ ਗੱਲਾਂ ਦੇ ਵਿੱਚ ਇਹ ਇਸ਼ਾਰਾ ਕਰਦੇ ਜ਼ਰੂਰ ਨਜ਼ਰ ਆਏ ਕਿ ਸਿੱਧੂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਬਹੁਤ ਜਲਦ ਤੁਹਾਨੂੰ ਖਬਰ ਦਿੱਤੀ ਜਾਏਗੀ ਇਹ ਗੱਲ ਸੀ ਜਿਹੜੀ ਉਹ ਰਾਜਾ ਵੜਿੰਗ ਦੇ ਵੱਲੋਂ ਰੱਖੀ ਗਈ ਔਰ ਨਾਲ ਦੀ ਨਾਲ ਕਿਹਾ ਗਿਆ ਕਿ ਜੇਕਰ ਸਿੱਧੂ ਅਟੈਕ ਕਰਨਾ ਚਾਹੁੰਦੇ ਨੇ ਤਾਂ ਸਿੱਧੇ ਤੌਰ ਤੇ ਨਾਮ ਲੈ ਕੇ ਦੱਸਣ ਕਿ ਕੀ ਇਹ ਜਿਹੜਾ ਸ਼ਾਇਰੀ ਆ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਆ ਜਾਂ ਇਹ ਸ਼ਾਇਰੀ ਆ ਜਿਹੜੀ ਉਹ ਪ੍ਰਤਾਪ ਸਿੰਘ ਬਾਜਵਾ ਦੇ ਲਈ ਹੈ ਜਾਂ ਪੰਜਾਬ ਦੇ 3 ਕਰੋੜ ਲੋਕਾਂ ਦੇ ਲਈ ਹੈ ਕਿਸ ਦੇ ਲਈ ਹੈ ਜੇਕਰ ਕੋਈ ਵੀ ਵਿਅਕਤੀ ਆ ਉਸ ਵਿਅਕਤੀ ਦਾ ਨਾਮ ਸਪਸ਼ਟ ਕੀਤਾ ਜਾਵੇ ਉਸ ਤੋਂ ਬਾਅਦ ਹੀ ਅਸੀਂ ਇਸ ਚੀਜ਼ ਦੇ ਉੱਪਰ ਕੋਈ ਜਵਾਬ ਦੇ ਸਕਦੇ ਹਾਂ ਜੇਕਰ ਉਹਨਾਂ ਨੇ ਮੈਨੂੰ ਕਿਹਾ ਤਾਂ ਇਸ ਚੀਜ਼ ਦਾ ਜਵਾਬ ਮੈਂ ਵੀ ਦੇ ਦਾਂਗਾ ਜੇ ਕਿਸੇ ਨੂੰ ਹੋਰ ਕਿਹਾ ਤਾਂ ਉਸ ਦਾ ਜਵਾਬ ਉਹ ਵੀ ਦੇ ਦੇਗਾ ਪਰ ਪਹਿਲਾਂ ਨਵਜੋਤ ਸਿੰਘ ਸਿੱਧੂ ਇਹ ਕਲੀਅਰ ਕਰ ਦੇਣ ਕਿ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਉਹ ਗਮਲਿਆਂ ਦੇ ਵਿੱਚ ਉੱਗੇ ਹੋਏ ਲੋਕ ਦੱਸ ਰਹੇ ਨੇ ਔਰ ਉਹਨਾਂ ਦੇ ਉੱਪਰ ਜਿਹੜਾ ਤੰਜ ਕੱਸ ਰਹੇ ਨੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਖਾਸ ਤੌਰ ਤੇ ਜਿਹੜੇ ਅੱਜ ਇਸ ਵਕਤ ਦਵਿੰਦਰ ਯਾਦਵ ਨੂੰ ਮਿਲਣ ਦੇ ਲਈ ਪਹੁੰਚੇ ਹਾਲਾਂਕਿ ਕਹਿ ਰਹੇ ਨੇ ਕਿ ਮੈਂ ਉਹਨਾਂ ਨੂੰ ਲੈਣ ਦੇ ਲਈ ਆਇਆਂਗਾ ਉਸ ਤੋਂ ਬਾਅਦ ਮੈਂ ਲੈ ਕੇ ਉਹਨਾਂ ਨੂੰ ਅੱਗੇ ਜਾਵਾਂਗਾ ਕਿਉਂਕਿ ਪਾਰਟੀ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਮੀਟਿੰਗਾਂ ਨੂੰ ਦਵਿੰਦਰ ਯਾਦਵ ਔਰ ਜਿਹੜੀ ਬਾਕੀ ਤਮਾਮ ਲੀਡਰਸ਼ਿਪ ਆ ਉਹਨਾਂ ਦੇ ਵੱਲੋਂ ਇਸ ਮੀਟਿੰਗਾਂ ਨੂੰ ਕੰਡਕਟ ਕੀਤਾ ਜਾਂਦਾ ਹੈਗਾ ਦਾਅਵਾ ਇਹ ਜ਼ਰੂਰ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਕਿਆ ਦੇ ਵਿੱਚ ਹੀ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਜਾਂ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਇਹ ਮੁਲਾਕਾਤ ਹੋ ਰਹੀ ਹੈ ਇਹ ਇੱਕ ਵੱਡਾ ਸਵਾਲ ਜ਼ਰੂਰ ਰਹੇਗਾ ਤਾਂ ਕੁਝ ਦੇਰ ਦੇ ਵਿੱਚ ਕਿਉਂਕਿ 11 ਵਜੇ ਦੇ ਕਰੀਬ ਜਿਹੜੀਆਂ ਮੀਟਿੰਗਾਂ ਨੇ ਉਹ ਪੰਜਾਬ ਕਾਂਗਰਸ ਭਵਨ ਦੇ ਵਿੱਚ ਵੀ ਸ਼ੁਰੂ ਹੋਣੀਆਂ ਸੀ ਅਜਿਹੇ ਦੇ ਵਿੱਚ ਦੇਖਣਾ ਹੋਏਗਾ ਕਿ ਕਦੋਂ ਤੱਕ ਜਿਹੜੀਆਂ ਇਹ ਦਵਿੰਦਰ ਯਾਦਵ ਇੱਥੋਂ ਨਿਕਲਦੇ ਨੇ ਕਿਉਂਕਿ ਜਿੱਦੇ ਦਵਿੰਦਰ ਯਾਦਵ ਇੱਥੋਂ ਰਵਾਨਾ ਹੋਣਗੇ ਉਹਨਾਂ ਤੋਂ ਤੁਰੰਤ ਬਾਅਦ ਨਵਜੋਤ ਸਿੰਘ ਸਿੱਧੂ ਇਸ ਜਗ੍ਹਾ ਤੋਂ ਰਵਾਨਾ ਹੋਣਗੇ ਉਹਨਾਂ ਤੋਂ ਤੁਰੰਤ ਬਾਅਦ ਆ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਨਾਲ ਰਵਾਨਾ ਹੋਣਗੇ ਔਰ ਉਸ ਤੋਂ ਬਾਅਦ ਹੀ ਜਿਹੜਾ ਅੱਗੇ ਦਾ ਕੋਈ ਕਦਮ ਹੈਗਾ ਉਹ ਚੁੱਕਿਆ ਜਾਏਗਾ ਤਾਂ ਇਹ ਖਾਸ ਤੌਰ ਤੇ ਜਿਹੜੀ ਇਹ ਤਸਵੀਰ ਜਿਹੜੀ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਹੈਗੇ ਉਹ ਚੀਜ਼ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਪੰਜਾਬ ਕਾਂਗਰਸ ਦੇ ਨਜ਼ਰ ਆ ਰਹੇ ਨੇ ਉਹ ਸਾਫ਼ ਤੌਰ ਤੇ ਕੁਝ ਹੀ ਦੇਰ ਦੇ ਵਿੱਚ ਜਿਹੜੀ ਰਾਜਨੀਤੀ ਆ ਉਹ ਨਜ਼ਰ ਆਏਗੀ ਜੀ ਤਾਂ ਬਿਲਕੁਲ ਰੋਹਿਤ ਜਿਸ ਤਰੀਕੇ ਦੇ ਨਾਲ ਇੱਥੇ ਅੱਜ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਣਗੇ ਉੱਥੇ ਰਾਜਾ ਵੜਿੰਗ ਵੱਲੋਂ ਅਕਸਰ ਇਹ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਤਾਂ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਟਵੀਟ ਕੀਤਾ ਗਿਆ ਕਾਂਗਰਸ ਦਾ ਕਾਟੋ ਕਲੇਸ਼ ਜੋ ਲਗਾਤਾਰ ਚੱਲ ਰਿਹਾ ਉਹ ਜਗ ਜ਼ਾਹਿਰ ਹੁੰਦਾ ਨਜ਼ਰ ਆ ਰਿਹਾ ਤਾਂ ਫਿਰ ਵੀ ਇਹ ਗੱਲਾਂ ਕਿਉਂ ਨੇ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਬਿਨਾਂ ਨਾਮ ਲਏ ਆਪਣੀ ਹੀ ਪਾਰਟੀ ਦੇ ਵਰਕਰਾਂ ਤੇ ਨਿਸ਼ਾਨੇ ਸਾਧਦੇ ਨੇ ਤੇ ਦੂਜੇ ਪਾਸੇ ਗੱਲਾਂ ਕਹੀ ਜਾਂਦੇ ਨੇ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਜੀ ਬਿਲਕੁਲ ਸਾਫ਼ ਤੌਰ 'ਤੇ ਦੇਖੀਏ ਤਾਂ ਸਭ ਕੁਝ ਠੀਕ ਚੱਲਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜਿਸ ਤਰੀਕੇ ਦੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਰੈਲੀਆਂ ਹੋਣ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਟਵੀਟ ਹੋਣ ਇਸੇ ਚੀਜ਼ਾਂ ਨੂੰ ਹੀ ਲੈ ਕੇ ਜਿਹੜਾ ਇਹ ਖਾਸ ਤੌਰ 'ਤੇ ਕੀਤਾ ਜਾਂਦਾ ਹੈਗਾ ਜਿਹੜੀ ਅਸੀਂ ਗੱਲ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹ ਗੱਲ ਜ਼ਰੂਰ ਕਹਿੰਦੇ ਠੀਕ ਆ ਰਿਹਾ ਕਿ ਕੁਝ ਵੀ ਨਹੀਂ ਹੈ ਪਰ ਇੱਕ ਨਾਰਾਜ਼ਗੀ ਨਵਜੋਤ ਸਿੰਘ ਸਿੱਧੂ ਨਾਲ ਦਿਖਾਈ ਦਿੱਤੀ ਜਦੋਂ ਪੁੱਛਿਆ ਗਿਆ ਕਿ ਕੀ ਮੀਟਿੰਗ ਕਰੋਗੇ ਕਹਿੰਦੇ ਮੈਂ ਕੋਈ ਮੀਟਿੰਗ ਨਹੀਂ ਕਰ ਰਿਹਾ ਕੋਈ ਨਾਰਾਜ਼ਗੀ ਹੋਏਗੀ ਤਾਂ ਦੇਖਾਂਗੇ ਇਹ ਇਸ਼ਾਰਿਆਂ ਦੇ ਵਿੱਚ ਇਹ ਚੀਜ਼ਾਂ ਸੀ ਔਰ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿ ਮੋਗੇ
ਅੱਗੇ ਵਾਲੀ ਰੈਲੀ ਕਰਨ ਦਿਓ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਉਸ 'ਤੇ ਮੈਂ ਕੀ ਕਰਨਾ ਹੈਗਾ, ਕਿਉਂਕਿ 21 ਤਰੀਕ ਨੂੰ ਮੋਗਾ ਦੇ ਵਿੱਚ ਜਿਹੜੀ ਰੈਲੀ ਆ ਉਹ ਰੱਖੀ ਗਈ ਆ, ਔਰ ਉਸ ਰੈਲੀ ਦੇ ਦੌਰਾਨ ਹੀ ਜਿਹੜਾ ਅਗਲਾ ਐਕਸ਼ਨ ਪਲਾਨ ਕਾਂਗਰਸ ਦਾ ਕੀ ਰਹਿਣ ਵਾਲਾ ਇਹ ਖਾਸ ਰਹਿਣ ਵਾਲਾ ਹੈਗਾ, ਕਿਉਂਕਿ ਮੋਗਾ ਦੀ ਰੈਲੀ ਜਦੋਂ ਹੋਏਗੀ ਤਾਂ ਕੀ ਨਵਜੋਤ ਸਿੰਘ ਸਿੱਧੂ 'ਤੇ ਕੋਈ ਐਕਸ਼ਨ ਲਿਆ ਜਾਏਗਾ ਜਾਂ ਨਹੀਂ ਲਿਆ ਜਾਏਗਾ ਇਹ ਫਿਲਹਾਲ ਸਮਾਂ ਦੱਸੇਗਾ। ਪਰ ਇੱਕ ਇਸ਼ਾਰਾ ਜ਼ਰੂਰ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕੀਤਾ ਗਿਆ ਕਿ ਜੇਕਰ ਇਹ ਰੈਲੀ ਹੁੰਦੀ ਆ ਤਾਂ ਇਸ ਦੇ ਉੱਤੇ ਜਿਹੜਾ ਐਕਸ਼ਨ ਹੈਗਾ ਉਹ ਦੇਖਣ ਨੂੰ ਮਿਲ ਸਕਦਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਖਬਰ ਹੈਗੀ ਉਹ ਇਸ ਦੇ ਬਾਰੇ ਮਿਲ ਜਾਏਗੀ। ਇਹ ਜਿਹੜਾ ਇਸ਼ਾਰਾ ਸੀ ਉਹ ਇਹ ਸੀਗਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਕੋਈ ਕਾਰਨ ਦੱਸੋ ਨੋਟਿਸ ਜਾਰੀ ਹੋ ਸਕਦਾ, ਜਾਂ ਨਵਜੋਤ ਸਿੰਘ ਸਿੱਧੂ ਨੂੰ ਕਹਿ ਲਈਏ ਕਿ ਸਸਪੈਂਡਨ ਨੂੰ ਸਸਪੈਂਡ ਕਰਨ ਨੂੰ ਲੈ ਕੇ ਜਿਹੜਾ ਕੋਈ ਕਾਰਨ ਪੁੱਛਿਆ ਜਾ ਸਕਦਾ। ਇਹ ਤਮਾਮ ਉਹ ਚੀਜ਼ਾਂ ਨੇ ਜਿੰਨਾ ਚੀਜ਼ਾਂ ਹਾਲੇ ਤੱਕ ਸਵਾਲੀਆ ਨਿਸ਼ਾਨ ਨੇ, ਪਰ ਇੱਕ ਗੱਲ ਜ਼ਰੂਰ ਨਜ਼ਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਾਗੀ ਤੇਵਰ ਨੇ ਅਤੇ ਦੂਸਰੇ ਪਾਸੇ ਬਾਕੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਸਿੱਧੇ ਤੌਰ 'ਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜੀ ਤਾਂ ਬਿਲਕੁਲ ਰੋਹਿਤ, 3 ਦਿਨਾਂ ਦੇ ਲਈ ਇਹ ਮੀਟਿੰਗ ਰੱਖੀ ਗਈ ਸੀ। ਪਿਛਲੇ 2 ਦਿਨਾਂ ਤੋਂ ਇਹੀ ਵੇਖਣਾ ਬੇਹੱਦ ਅਹਿਮ ਬਣਿਆ ਹੋਇਆ ਸੀ ਕਿ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਨਹੀਂ। ਤਾਂ ਅੱਜ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ, ਕੀ ਲੱਗਦਾ ਕਿ ਮੀਟਿੰਗ ਦੇ ਵਿੱਚ ਦਵਿੰਦਰ ਯਾਦਵ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਵੀ ਜ਼ਰੂਰ ਕੀਤੀ ਜਾਵੇਗੀ, ਤਾਂ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ 'ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਾਰਟੀ ਤੋਂ ਪਾਸੇ ਹੋ ਕੇ ਨਾ ਚੱਲਿਆ ਜਾਵੇ, ਪਾਰਟੀ ਦੇ ਨਾਲ ਮਿਲ ਕੇ ਚੱਲਿਆ ਜਾਵੇ, ਕਿਉਂਕਿ ਅਕਸਰ ਹੀ ਬੈਕ ਟੂ ਬੈਕ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ? ਜੀ ਬਿਲਕੁਲ, ਜੇਕਰ ਗੱਲ ਕਰੀਏ ਪਹਿਲੇ ਦਿਨ ਦਾ ਜਦੋਂ ਮੈਂ ਜ਼ਿਕਰ ਕਰਦਾ ਤਾਂ ਉਸ ਮੀਟਿੰਗ ਦੇ ਵਿੱਚ 9 ਤਰੀਕ ਦਾ ਜਿਹੜਾ ਏਜੰਡਾ ਸੀ ਉਹ ਸੀ ਸਾਬਕਾ MLA ਔਰ ਜਿਹੜੇ ਮੌਜੂਦਾ MLA ਨਾਲ ਹੀ ਸਾਬਕਾ MP ਔਰ ਜਿਹੜੇ ਮੌਜੂਦਾ MP ਆ ਉਹਨਾਂ ਦੇ ਨਾਲ ਇੱਕ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਸੀ, ਹਲਕਾ ਇੰਚਾਰਜ ਨੇ ਜਿਹੜੇ ਉਹਨਾਂ ਨਾਲ ਮੀਟਿੰਗ ਰੱਖੀ ਗਈ ਸੀ। ਦੂਸਰੇ ਦਿਨ ਦੀ ਜਿਹੜੀ ਮੀਟਿੰਗ ਰੱਖੀ ਜਾਂਦੀ ਹੈਗੀ ਜ਼ਿਲ੍ਹਾ ਪ੍ਰਧਾਨ ਹੋ ਗਏ ਬਾਕੀ ਕਾਡਰ ਹੋ ਗਿਆ ਉਸ ਦੇ ਨਾਲ ਰੱਖੀ ਜਾਂਦੀ ਹੈ। ਤੀਸਰੇ ਦਿਨ ਜਿਹੜੀ ਅੱਜ ਦੀ ਮੀਟਿੰਗ ਆ ਉਹ ਰੱਖੀ ਗਈ ਆ ਬਲਾਕ ਪ੍ਰੈਜ਼ੀਡੈਂਟ ਦੇ ਲਈ, ਬਲਾਕ ਲੈਵਲ 'ਤੇ ਜਿਹੜੇ ਵਿਅਕਤੀ ਕੰਮ ਕਰ ਰਹੇ ਉਹਨਾਂ ਦੇ ਨਾਲ ਇੱਕ ਮੀਟਿੰਗ ਹੈ ਜਿਹੜੀ ਉਹ ਦਵਿੰਦਰ ਯਾਦਵ ਨੇ ਰੱਖੀ, ਇੱਕ ਫੀਡਬੈਕ ਲੈਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ। ਅੱਜ ਦੇ ਦਿਨ ਕਿਸੇ ਵੀ ਲੀਡਰ ਨੇ ਜੇਕਰ ਹੋਰ ਮੁਲਾਕਾਤ ਕਰਨੀ ਤਾਂ ਕਰ ਸਕਦਾ। ਨਵਜੋਤ ਸਿੰਘ ਸਿੱਧੂ ਦੀ ਜਿਹੜੀ ਟੀਮ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਮੀਟਿੰਗ ਪਹਿਲਾਂ ਤੋਂ ਹੀ ਤੈਅ ਕੀਤੀ ਹੋਈ ਸੀ ਕਿ ਪਹਿਲਾਂ ਤੋਂ ਹੀ ਜਿਹੜੀ ਇਹ ਮੀਟਿੰਗ ਹੈਗੀ ਉਹ ਹੋਣ ਜਾ ਰਹੀ ਸੀਗੀ, ਤਾਂ ਚੰਡੀਗੜ੍ਹ ਦੇ ਜਿਹੜੇ ਇਸ ਏਰੀਏ ਦੇ ਵਿੱਚ ਤੁਸੀਂ ਸਾਹਮਣੇ ਦੇਖੋਗੇ ਇਸੇ ਜਗ੍ਹਾ ਦੇ ਉੱਪਰ ਜਿਹੜੀ ਉਹਨਾਂ ਦੀ ਮੀਟਿੰਗ ਆ ਉਹ ਹੋ ਰਹੀ ਆ, ਔਰ ਜਿਹੜੀ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਗਾਰਡ ਨੇ ਉਹ ਇਸ ਦੇ ਬਾਹਰ ਇੰਤਜ਼ਾਰ ਕਰ ਰਹੇ ਨੇ, ਤਾਂ ਕਿਸੇ ਵੀ ਵਕਤ ਜਿਹੜੀ ਇਹ ਮੀਟਿੰਗ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ ਹੈਗਾ। ਜਿੱਦਾਂ ਹੀ ਇਹ ਮੀਟਿੰਗ ਖਤਮ ਹੋਏਗੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਏਗੀ ਮੀਡੀਆ ਦੇ ਨਾਲ, ਔਰ ਨਾਲ ਦੀ ਨਾਲ ਅਮਰਿੰਦਰ ਸਿੰਘ, ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ ਕੀ ਇੱਕ ਵਾਰ ਫਿਰ ਤੋਂ ਇੱਕ ਸਿੰਗਲ ਫਰੇਮ ਦੇ ਵਿੱਚ ਨਜ਼ਰ ਆ ਸਕਦੇ ਜਾਂ ਨਹੀਂ, ਇਹ ਇੱਕ ਵੱਡਾ ਸਵਾਲ ਆ ਜਿਹੜਾ ਉਹ ਜ਼ਰੂਰ ਬਣਿਆ ਰਹੇਗਾ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਕਾਂਗਰਸ ਦੇ ਵਿੱਚ ਨਜ਼ਰ ਆਉਂਦੇ ਨੇ, ਚਾਹੇ 2022 ਦੇ ਇਲੈਕਸ਼ਨ ਦਾ ਤੁਸੀਂ ਟਾਈਮ ਦੇਖੋ, ਚਾਹੇ ਉਸ ਤੋਂ ਪਹਿਲਾਂ 2021 ਦਾ ਟਾਈਮ ਦੇਖੋ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਂਦਾ, ਉਸ ਤੋਂ 6-7 ਮਹੀਨੇ ਪਹਿਲਾਂ ਜਿਹੜਾ ਇੱਕ ਮਾਹੌਲ ਕ੍ਰੀਏਟ ਹੁੰਦਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੱਖਰਾ ਜਿਹੜਾ ਝੰਡਾ ਹੈਗਾ ਉਹ ਚੁੱਕਿਆ ਜਾਂਦਾ ਹੈਗਾ, ਔਰ ਇਹ ਜਿਹੜਾ ਇਸ ਜਗ੍ਹਾ ਦੇ ਉੱਪਰ ਤਾਂ ਜਿਹੜਾ ਇੱਕ ਵੱਖਰਾ ਝੰਡਾ ਸੀਗਾ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣ, ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਸੁਖ ਸਰਕਾਰੀਆ ਹੋਣ, ਉਹ ਇੱਕ ਅਲੱਗ ਧੜਾ ਜਿਹੜਾ ਉਹ ਨਜ਼ਰ ਆ ਰਿਹਾ ਸੀ, ਔਰ ਉਸੇ ਤਰੀਕੇ ਦੇ ਹੀ ਹਾਲਾਤ ਨੇ ਜਿਹੜੇ ਅੱਜ ਨਜ਼ਰ ਆ ਰਹੇ।